ਦਸੂਆ ਤੇ ਇਸ ਦੇ ਆਸ-ਪਾਸ ਦੇ ਗੁਰਦਿਆਂ ਦੇ ਮਰੀਜ਼ਾਂ ਦੇ ਲਈ ਵੱਡੀ ਰਾਹਤ ਦੀ ਖਬਰ ਹੈ ਹੁਣ ਸਿਵਲ ਹਸਪੀਟਲ ਦਸੂਆ ਚ ਕਿਡਨੀ ਦੇ ਮਰੀਜ਼ਾਂ ਨੂੰ ਬਿਲਕੁਲ ਮੁਫਤ ਡਾਈਲਿਸਿਸ ਮਿਲੇਗੀ ਡਾਕਟਰ ਮਨਮੋਹ ਸਿੰਘ ਐਸਐਮਓ ਦਸੂਆ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਵਲ ਹਸਪੀਟਲ ਦਸੂਆ ਚ ਤਿੰਨ ਡਾਈਲਿਸਿਸ ਦੀਆਂ ਮਸ਼ੀਨਾਂ ਹਨ ਅਤੇ ਡਾਈਲਿਸਿਸ ਲਈ ਆਉਂਦੇ ਮਰੀਜ਼ਾਂ ਦੀ ਹੁਣ ਫ੍ਰੀ ਵਿੱਚ ਡਾਈਲਿਸਿਸ ਕੀਤੀ ਜਾਵੇਗੀ ਅਤੇ ਇਸ ਦੇ ਲਈ ਮਰੀਜ਼ਾਂ ਤੋਂ ਕੋਈ ਵੀ ਪੈਸਾ ਨਹੀਂ ਲਿਆ ਜਾਵੇਗਾ ਅਤੇ ਨਾਲ ਹੀ ਦਸੂਆ ਹੀ ਨਹੀਂ ਬਲਕਿ ਇਸ ਦੇ ਆਸ-ਪਾਸ ਦੇ ਲੋਕ ਵੀ ਇਸ ਸੇਵਾ ਦਾ ਲਾਭ ਲੈ ਸਕਦੇ ਹਨ ਡਾਇਲਿਸਿਸ ਗੁਰਦਿਆਂ ਦੀ ਗੰਭੀਰ ਬਿਮਾਰੀ ਦਾ ਇਲਾਜ ਹੈ ਇਸ ਦੀ ਲੋੜ ਉਹਨਾਂ ਲੋਕਾਂ ਨੂੰ ਹੁੰਦੀ ਹੈ ਜਿਨ੍ਹਾਂ ਦੇ ਗੁਰਦੇ ਕੰਮ ਕਰਨਾ ਬੰਦ ਹੋ ਜਾਂਦੇ ਹਨ ਜਾਂ ਫਿਰ ਫੇਲ ਹੋ ਜਾਂਦੇ ਹਨ ਜੋ ਲੋਕ ਕਿਡਨੀ ਫੇਲ ਹੋਣ ਤੋਂ ਪੀੜਿਤ ਹਨ ਉਹਨਾਂ ਦੇ ਗੁਰਦੇ ਖੂਨ ਨੂੰ ਫਿਲਟਰ ਕਰਨ ਦੇ ਯੋਗ ਨਹੀਂ ਹੁੰਦੇ ਖੂਨ ਨੂੰ ਫਿਲਟਰ ਕਰਨ ਚ ਸਮਰਥ ਕਰਨ ਖੂਨ ਚ ਜੀਲੇ ਪਦਾਰਥਾਂ ਦੀ ਮਾਤਰਾ ਵੱਧ ਜਾਂਦੀ ਹੈ ਜਿਸ ਦੇ ਕਈ ਬਿਮਾਰੀ ਪ੍ਰਭਾਵ ਹੋ ਸਕਦੇ ਹਨ ਅਜਿਹੇ ਲੋਕਾਂ ਨੂੰ ਡਰੈਸਸ ਦੀ ਲੋੜ ਹੁੰਦੀ ਹੈ ਉਹਨਾਂ ਦੱਸਿਆ ਕਿ ਡਰੈਸਸ ਤੇ ਲਗਭਗ 20 ਤੋਂ 25000 ਰੁਪਏ ਪ੍ਰਤੀ ਮਹੀਨਾ ਖਰਚਾ ਹੁੰਦਾ ਹੈ ਪਰੰਤੂ ਇਹ ਸੇਵਾ ਹੁਣ ਦਸੂਆ ਦੇ ਸਿਵਲ ਹਸਪਤਾਲ ਵਿੱਚ ਲੋਕਾਂ ਨੂੰ ਬਿਲਕੁਲ ਫ੍ਰੀ ਵਿੱਚ ਮਿਲੇਗੀ ਮੈਂ ਡਾਕਟਰ ਮਨਮੋਨ ਸਿੰਘ ਐਸ ਐਮਓ ਸਿਵਲ ਹਸਪਤਾਲ ਦਸੂਆ ਮੈਂ ਸਾਰੇ ਜਿੰਨਾ ਵੀ ਸਾਡਾ ਇਲਾਕਾ ਇੱਥੇ ਬੜੀ ਦੂਰ ਦੂਰ ਤੋਂ ਪੇਸ਼ੈਂਟ ਸਾਰੇ ਆਉਂਦੇ ਨੇ ਤੇ ਮੈਂ ਆਪਣੇ ਵੱਲੋਂ ਸਿਵਲ ਹਸਪਤਲ ਦਸੂਹਾ ਵੱਲੋਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਸਿਵਲ ਹਸਪਤਲ ਦਸੂਹਾ ਵਿਖੇ ਸਾਡੇ ਕੋਲ ਤਿੰਨ ਡਾਇਲਿਸਿਸ ਦੀਆਂ ਮਸ਼ੀਨਾਂ ਨੇ ਜਿਹਦੇ ਵਿੱਚ ਅਸੀਂ ਰੋਜ਼ਾਨਾ ਡਾਇਲਿਸਿਸ ਕਰਦੇ ਹਾਂ ਕਿਸੇ ਵੀ ਪੇਸ਼ੈਂਟ ਨੂੰ ਕਿਸੇ ਵੀ ਕਿਸੇ ਦੇ ਸੱਜਣ ਨੂੰ ਕਿਸੇ ਦੇ ਰਿਸ਼ਤੇਦਾਰ ਨੂੰ ਭਾਵੇਂ ਕਿਤੇ ਦਾ ਵੀ ਹੋਵੇ ਜੇ ਉਹ ਸਾਡੀਆਂ ਇੱਥੇ ਸਵਾਵਾ ਲੈਣੀਆਂ ਚਾਹੁੰਦਾ ਤੇ ਉਹਦਾ ਫ੍ਰੀ ਡਾਇਲਿਸਿਸ ਹੋਊਗਾ ਸਾਡੇ ਕੋਲ ਵੱਧ ਤੋਂ ਵੱਧ ਆ ਕੇ ਤੁਸੀਂ ਸਾਡੀਆਂ ਇਹ ਸਵਾਵਾ ਜਿਹੜੀਆਂ ਹੈਗੀਆਂ ਇਹਦਾ ਫਾਇਦਾ ਲਓ ਫਿਰ ਲੱਭੋਗੇ ਸਰコナ ਪੱਧਰ ਤੇ ਕੀ ਪਰਸਿਸਟੇਡ ਉਹਦੇ ਵਿੱਚ ਇਹ ਹੁੰਦਾ ਵੀ ਇੱਕ ਜਿੱਦਾਂ ਕਿਸੇ ਦਾ ਪਹਿਲਾਂ ਡਾਇਲਿਸਿਸ ਚੱਲ ਰਿਹਾ ਹੈਗਾ ਉਹਦੇ ਵਿੱਚ ਇੱਕ ਕੈਥਟਰ ਪਾਇਆ ਹੁੰਦਾ ਉਹ ਕੈਥਟਰ ਪਿਆ ਹੋਵੇ ਤਾਂ ਬੈਟਰ ਆ ਇਹ ਆਲਰੇਡੀ ਕਿਤੇ ਡਾਇਲਿਸਿਸ ਚੱਲਦਾ ਆ ਉਹਦੀ ਫੈਸਿਲਿਟੀ ਜਿਹੜੀ ਆ ਉਹ ਸਾਡੇ ਲਈ ਥੋੜੀ ਮੁਸ਼ਕਲ ਹੁੰਦੀ ਹੈ ਕੈਥਟਰ ਪਿਆ ਹੋਵੇ ਸਾਡੇ ਕੋਲ ਆ ਜੇ ਤੇ ਕੁਝ ਬੇਸਿਕ ਟੈਸਟ ਅਸੀਂ ਕਰਨੇ ਹੁੰਦੇ ਆ ਉਹ ਕਰਕੇ ਉਹ ਸਾਡੇ ਕੋਲ ਸਾਰਾ ਕੁਝ ਹੈਗਾ ਤੇ ਅਸੀਂ ਦੇਖਿਆ ਹੈਗਾ ਕਿ ਪਬਲਿਕ ਦੇ ਵਿੱਚ ਲੋਕੀ ਪ੍ਰਾਈਵੇਟ ਅਦਾਰਿਆਂ ਦੇ ਵਿੱਚ ਜਾ ਕੇ ਗਰੀਬ ਲੋਕ ਆ ਇਹ ਬਿਮਾਰੀ ਛੱਡਦੀ ਵੀ ਨਹੀਂ ਹੈ ਤੇ کافی ਪੈਸੇ ਲੋਕਾਂ ਦੇ ਲੱਗਦੇ ਆ ਐਂਬੂਲੈਂਸ ਦਾ ਖਰਚਾ ਵੀ ਲੱਗਦਾ ਆ ਤਾਂ ਸਾਰਾ ਟਰਾਂਸਪੋਰਟੇਸ਼ਨ ਦਾ ਤੇ ਲੋਕਾਂ ਦਾ کافی ਹੁੰਦਾ ਤੇ ਮੈਂ ਆਪਣੇ ਵੱਲੋਂ ਸਾਰਿਆਂ ਨੂੰ ਇਹ ਸਨੇਹਾ ਦੇਣਾ ਚਾਹਣਾ ਕਿ ਇਹ ਲੋਕਾਂ ਨੂੰ ਅਸੀਂ ਸੁਵਿਧਾ ਦੇ ਸਕੀਏ ਤਾਂ ਕਿ ਉਹਨਾਂ ਦਾ ਟਰਾਂਸਪੋਰਟ ਦਾ ਖਰਚਾ ਵੀ ਸਤਮ ਹੋਵੇ ਤੇ ਜਿਹੜਾ ਉਹਨਾਂ ਦਾ ਪੈਸਾ ਵੀ ਲੱਗਦਾ ਹੈਗਾ ਉਹ ਵੀ ਆਪਾਂ ਉਹਨਾਂ ਦਾ ਬਚਾ ਸਕੀਏ